ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ, ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਾਂਗੇ ਕੀਟਨਾਸ਼ਕ ਅਤੇ ਉੱਲੀਨਾਸ਼ਕ ਜਿਹੜੇ ਮੁੱਖ ਤੌਰ 'ਤੇ ਜ਼ਿਆਦਾਤਰ ਕਿਸਾਨ ਵੀਰਾਂ ਵੱਲੋਂ ਵਰਤੇ ਜਾਂਦੇ ਆ, ਉਹਦੀ ਸਹੀ ਡੋਜ, ਕਿਉਂਕਿ ਕਈ ਵਾਰ ਕਿਸਾਨ ਵੀਰਾਂ ਜਿਹੜੇ ਓਵਰ ਡੋਜ ਪਾ ਦਿੰਦੇ ਆ, ਅਤੇ ਜੇ ਆਪਾਂ ਡੋਜ ਜ਼ਿਆਦਾ ਪਾਵਾਂਗੇ ਤਾਂ ਨਾਲੇ ਤਾਂ ਆਪਾਂ ਨੂੰ ਉੱਲੀਨਾਸ਼ਕ ਜਾਂ ਕੀਟਨਾਸ਼ਕ ਆ ਉਹ ਮਹਿੰਗਾ ਪਊਗਾ, ਖਰਚਾ ਆਪਣਾ ਜ਼ਿਆਦਾ ਆਊਗਾ, ਨਾਲੇ ਜਿਹੜੀ ਓਵਰ ਡੋਜ ਪਾਉਣ ਦੇ ਨਾਲ ਜਿਹੜੀ ਹੈਗੀ ਉਹਦਾ ਰੈਜ਼ੀਡਿਊ ਜ਼ਿਆਦਾ ਲੰਮਾ ਸਮਾਂ ਜਿਹੜਾ ਬੂਟਿਆਂ ਦੇ ਵਿੱਚ ਰਹੂਗਾ, ਅਤੇ ਨਾਲ ਨਾਲ ਜਿਹੜਾ ਹੈਗਾ ਰਜਿਸਟੈਂਸ ਜਿਹੜੀ ਕਿ ਉੱਲੀ ਰੋਗ ਦੇ ਵਿੱਚ ਜਾਂ ਜਿਹੜੇ ਕੀੜੇ ਮਕੌੜੇ ਉਹਨਾਂ ਦੇ ਵਿੱਚ ਰਜਿਸਟੈਂਸ ਆ ਸਕਦੀ ਜਦੋਂ ਆਪਾਂ ਓਵਰ ਡੋਜ ਵਰਤਣੀ ਸ਼ੁਰੂ ਕਰਾਂਗੇ ਤਾਂ। ਸੋ ਜਿਹੜੇ ਹੈਗੇ ਆ ਵੱਖ ਵੱਖ ਕੀਟਨਾਸ਼ਕ, ਪਹਿਲਾਂ ਆਪਾਂ ਫਿਰ ਉੱਲੀਨਾਸ਼ਕ ਅਤੇ ਜਿਹੜੇ ਬੈਕਟੀਰੀਅਲ ਲੀਫ ਬਲਾਈਟ ਤੋਂ ਬੈਕਟੀਰੀਸਾਈਡ ਨੇ ਜਿਹੜੇ ਐਂਟੀਬੈਕਟੀਰੀਅਲ ਨੇ ਉਹ ਆਪਾਂ ਜਿਹੜੇ ਹੈਗੇ ਉਹਦੀ ਡੋਜ ਦੱਸਾਂਗੇ। ਸੋ ਸਭ ਤੋਂ ਪਹਿਲਾਂ ਜੇ ਆਪਾਂ ਕੀਟਨਾਸ਼ਕਾਂ ਦੇ ਵਿੱਚ ਗੱਲ ਕਰੀਏ, ਕਿਉਂਕਿ ਜਿਹੜੀ ਡਿਟੇਲ 'ਚ ਵੀਡੀਓ ਵੀ ਕਿਹੜਾ ਕਿਹੜਾ ਕੀਟਨਾਸ਼ਕ ਆਪਾਂ ਕਿੱਥੇ ਕਿੱਥੇ ਵਰਤਣਾ ਉਹਦੇ ਬਾਰੇ ਮੈਂ ਜਾਂ ਉੱਲੀਨਾਸ਼ਕਾਂ ਬਾਰੇ ਵੱਖ ਵੱਖ ਮੈਂ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕਰ ਚੁੱਕਾ, ਇਹ 'ਚ ਮੈਂ ਤੁਹਾਨੂੰ ਡੋਜ਼ ਹੀ ਦੱਸਣੀ, ਕਿਉਂਕਿ ਕਿਸਾਨ ਵੀਰ ਕਾਫੀ ਜਿਹੜੇ ਪੁੱਛ ਰਹੇ ਸੀ ਡੋਜ਼ ਕਿੰਨੀ ਆ। ਸਭ ਤੋਂ ਪਹਿਲਾਂ ਜਿਹੜੀ ਹੈਗੀ ਗੋਭ ਦੀ ਸੁੰਡੀ ਪੱਤਾ ਲਵੇਟ ਵਾਸਤੇ ਜ਼ਰੂਰਤ ਅਨੁਸਾਰ ਜੇ ਤੁਸੀਂ ਵਰਤਣੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜੇ ਫੇਮ ਵਰਤਣੀ ਉਹਦੀ 20 ml ਡੋਜ਼ ਆ ਕਿਸਾਨ ਵੀਰੋ, ਪ੍ਰਤੀ ਏਕੜ 20 ml, ਅਤੇ ਇਹਦੇ ਵਾਸਤੇ ਆਪਾਂ ਕੀਟਨਾਸ਼ਕਾਂ ਵਾਸਤੇ 100 ਲੀਟਰ ਪਾਣੀ ਸਫੀਸ਼ੈਂਟ ਹੁੰਦਾ, 20 ml ਪ੍ਰਤੀ ਏਕੜ ਫਲੂ ਬੈਂਡਾਮਾਈਡ ਜਿਹੜੀ 480 SC, ਇਹ ਆਪਾਂ ਫੇਮ 20 ml ਵਰਤ ਸਕਦੇ। ਜਿਹੜੀ ਟਾਟਾ ਟਕੂਮੀ ਆਉਂਦੀ ਜਿਹਦੇ ਵਿੱਚ ਫਲੂ ਬੈਂਡਾਮਾਈਡ 20% WDG ਹੁੰਦਾ ਜਾਂ UPL ਦੀ ਇਨਵੇਡ ਆਉਂਦੀ, ਉਹ ਆਪਾਂ 50 ਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਹਾਂ। ਕੋਰਾਜ਼ਨ ਆ ਜਿਹੜੀ ਜਿਹਦੇ ਵਿੱਚ ਕਲੋਰੈਂਟਰਾ ਨੀਲੀਪਰੋਲ ਟੈਕਨੀਕਲ ਹੁੰਦਾ ਜਾਂ ਹੋਰ ਕਿਸੇ ਬ੍ਰਾਂਡ ਦਾ, ਕਿਉਂਕਿ ਬ੍ਰਾਂਡ ਨੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਤਾਂ ਕਿਉਂਕਿ ਤੁਹਾਨੂੰ ਇਹ ਬ੍ਰਾਂਡ ਨੇਮ ਕਰਕੇ ਜ਼ਿਆਦਾਤਰ ਕਿਸਾਨ ਵੀਰ ਜਾਣਦੇ ਹੁੰਦੇ ਆ। ਇਹਦੇ ਵਿੱਚ ਜਿਹੜੇ ਟੈਕਨੀਕਲ ਉਹ ਵੀ ਮੈਂ ਨਾਲ ਨਾਲ ਦੱਸੀ ਹੈ ਨਾ, ਜੇ ਤੁਸੀਂ ਤੁਹਾਨੂੰ ਕਿਸੇ ਹੋਰ ਕੰਪਨੀ ਦੇ ਵਿੱਚ ਇਹ ਟੈਕਨੀਕਲ ਮਿਲਦਾ ਤੁਹਾਨੂੰ ਘੱਟ ਰੇਟ 'ਤੇ ਮਿਲਦਾ ਉਹ ਵੀ ਤੁਸੀਂ ਲੈ ਸਕਦੇ ਹਾਂ। ਬ੍ਰਾਂਡ ਦੱਸਣ ਦਾ ਮੇਰਾ ਕਾਰਨ ਇਹ ਹੈ ਕਿ ਤੁਹਾਨੂੰ ਜਿਹੜਾ ਹੈਗਾ ਦਵਾਈ ਦੀ ਪਹਿਚਾਣ ਸਹੀ ਢੰਗ ਨਾਲ ਹੋ ਜਾਏ ਕਿ ਆਹ ਫਲਾਨੀ ਚੀਜ਼ ਹੈ ਜਿਹੜੀ ਉਹਦੇ ਵਿੱਚ ਆਹ ਟੈਕਨੀਕਲ ਆ। ਸੋ ਕੋਰਾਜਨ 60 ml ਪ੍ਰਤੀ ਏਕੜ ਤੁਸੀਂ ਵਰਤ ਸਕਦੇ ਹਾਂ। ਮੋਟਰ ਆ ਜਿਹੜਾ ਕਾਰਟਪ ਹਾਈਡਰੋਕੋਟਰਾਈਡ 75 ਤਾਕਤ ਦਾ ਹੁੰਦਾ, 75 SG, ਇਹ ਵੀ ਸਪਰੇਅ ਵਾਸਤੇ ਹੁੰਦਾ ਜਿਹੜੀ ਗੋਭ ਦੀ ਸੁੰਡੀ ਜਾਂ ਪੱਤਾ ਲਵੇੜ ਵਾਸਤੇ 170 ਗ੍ਰਾਮ ਪ੍ਰਤੀ ਏਕੜ ਆਪਾਂ ਇਹਦੀ ਸਪਰੇਅ ਕਰ ਸਕਦੇ। ਬਦਲ ਬਦਲ ਕੇ ਆਪਾਂ ਨੂੰ ਗਰੁੱਪ ਕੀਟਨਾਸ਼ਕ ਚਾਹੇ ਉੱਲੀਨਾਸ਼ਕ ਜਾਂ ਪਿਛਲੇ ਸਾਲ ਜਿਹੜਾ ਕੀਤਾ ਉਦੋਂ ਬਦਲ ਕੇ ਆਪਾਂ ਨੂੰ ਵੱਖਰਾ ਕਰਨਾ ਚਾਹੀਦਾ। ਇਦੋਂ ਬਾਅਦ ਜੇ ਆਪਾਂ ਗੱਲ ਕਰੀਏ ਫਿਪਰੋਨੈਲ 75 ਤਾਕਤ ਦੀ ਆਉਂਦੀ ਸਪਰੇਅ ਵਾਸਤੇ, 75 WG ਫਿਪਰੋਨੈਲ, ਉਹ ਆਪਾਂ 15 ਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਇਹਨਾਂ ਸੁੰਡੀਆਂ ਦੇ ਕੰਟਰੋਲ ਵਾਸਤੇ। ਇਦੋਂ ਬਾਅਦ ਆਉਂਦੀ ਹੈ ਕਾਲਾ ਤੇਲਾ ਹੋਪਰ ਆ, ਜਿਹੜਾ ਬਰਾਊਨ ਪਲਾਂਟ ਹੋਪਰ ਆ ਜਾਂ ਵਾਈਟ ਬੈਗਡ ਪਲਾਂਟ ਹੋਪਰ ਆ, ਜਾਂ ਜਿਹੜੇ ਹਰੇ ਟਿੱਡੇ ਜਿਹੜੇ ਕਿ ਪੱਤੇ ਖਾਂਦੇ ਜ਼ਿਆਦਾਤਰ ਨੀਮ ਪਹਾੜੀ ਏਰੀਆ ਦੇ ਵਿੱਚ, ਖਾਸ ਤੌਰ 'ਤੇ ਗੁਰਦਾਸਪੁਰ ਦਾ ਏਰੀਆ ਆ ਗਿਆ, ਉੱਥੇ ਆਪਾਂ ਜਿਹੜੀਆਂ ਹੈਗੇ ਕੀਟਨਾਸ਼ਕ ਜਿਹਦੇ ਵਿੱਚ ਖਾਸ ਤੌਰ 'ਤੇ ਪੈਕਸਾ ਲਾਉਣਾ ਉਹ 94 ml ਪ੍ਰਤੀ ਏਕੜ ਉਹਦੀ ਜਿਹੜੀ ਹੈਗੀ ਹੈ ਡੋਜ਼ ਹੈ ਪੈਕਸਾ ਲਾਉਣ ਦੀ। ਤਾਂ ਉਦੋਂ ਬਾਅਦ ਜਿਹੜੀ ਹੈਗੀ ਓਸ਼ੀਨ ਜੀ ਦੇ ਵਿੱਚ ਡਾਈ ਨੈਟੇ ਫਰੋਨ ਹੁੰਦਾ ਟੈਕਨੀਕਲ, ਉਹ ਆਪਾਂ 80 ਗ੍ਰਾਮ ਪ੍ਰਤੀ ਏਕੜ ਵਰਤ ਸਕਦੇ ਹਾਂ। ਚੈਸ ਜੀ ਦੇ ਵਿੱਚ ਪਾਈਮੈਟਰੋਜ਼ਿਨ ਹੁੰਦਾ, ਉਹ ਆਪਾਂ ਪਾਈਮੈਟਰੋਜ਼ਿਨ 50% WG, ਚੈਸ ਆਪਾਂ 120 ਗ੍ਰਾਮ ਪ੍ਰਤੀ ਏਕੜ ਦੀ ਡੋਜ਼ ਆਪਾਂ ਵਰਤਣੀ ਹੈ। ਇਹ ਜਿਹੜੇ ਰਿਕਮੈਂਡਡ ਜਿਹੜੇ ਕੀਟਨਾਸ਼ਕ ਨੇ। ਇਸ ਤੋਂ ਇਲਾਵਾ ਜੇ ਤੁਸੀਂ ਕਲੋਰੋਪੈਰੀਫੋਸ ਦੀ ਸਪਰੇਅ ਕਰਨੀ ਚਾਹੁੰਦੇ 20% ਤਾਕਤ ਦੀ, ਕਲੋਰੋਪੈਰੀਫੋਸ 20% EC, ਉਹ 1 ਲੀਟਰ ਪ੍ਰਤੀ ਏਕੜ, ਅਤੇ ਕੁਇਨਲਫੋਸ ਆ ਜਿਹੜੀ 25% EC ਆ, ਉਹ ਆਪਾਂ 800 ml ਪ੍ਰਤੀ ਏਕੜ ਡੋਜ਼ ਸਪਰੇਅ ਵਾਸਤੇ ਵਰਤ ਸਕਦੇ ਹਾਂ। ਇਦੋਂ ਬਾਅਦ ਗੱਲ ਆਪਾਂ ਕਰਦੇ ਹਾਂ ਉੱਲੀਨਾਸ਼ਕਾਂ ਦੀ, ਜਿਹਦੇ ਵਿੱਚ ਸ਼ੀਥ ਬਲਾਈਟ, ਸ਼ੀਥ ਰੋਟ ਵਾਸਤੇ, ਬਲਾਸਟ ਵਾਸਤੇ ਵੱਖ ਵੱਖ ਉੱਲੀਨਾਸ਼ਕ ਜਿਹੜੇ ਵਰਤੇ ਜਾਂਦੇ ਆ। ਕੋਈ ਕਿਸਾਨ ਵੀਰ ਆ ਜਿਹੜੇ ਪਲਸਰ ਵਰਤਦੇ ਆ, ਜਿਹਦੇ ਵਿੱਚ ਥਾਈਫਲੂਜ਼ਾਮਾਈਡ ਟੈਕਨੀਕਲ ਹੁੰਦਾ, ਕਿਸੇ ਹੋਰ ਕੰਪਨੀ 'ਚ ਮਿਲਦਾ ਉਹ ਲੈ ਲਓ, 150 ml ਪ੍ਰਤੀ ਏਕੜੇ ਦੀ ਡੋਜ਼ ਆ ਪਲਸਰ ਦੀ। ਐਪਿਕ ਜਿਹਦੇ ਵਿੱਚ ਹੈਗਜ਼ਾਕੋਨਾਜ਼ੋਲ 75% WG ਹੁੰਦਾ, ਹੈਗਜ਼ਾਕੋਨਾਜ਼ੋਲ ਆਮ ਤੌਰ 'ਤੇ 5% ਸਾਲੂਬਲ ਕੰਸਨਟ੍ਰੇਟ 'ਚ ਆਉਂਦਾ, ਪਰ ਇਹ ਐਪਿਕ ਦੇ ਵਿੱਚ ਹੈਗਜ਼ਾਕੋਨਾਜ਼ੋਲ 75% WG ਹੁੰਦਾ। ਇਹ 26.8 ਗ੍ਰਾਮ ਮਤਲਬ 26-27 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰਨੀ ਆਪਾਂ। ਇਹ ਜਿਹੜਾ ਹੈਗਾ ਸ਼ੀਥ ਰੋਟ, ਸ਼ੀਥ ਬਲਾਈਟ ਵਾਸਤੇ ਬਹੁਤ ਵਧੀਆ ਜਿਹੜਾ ਹੈਗਾ ਉੱਲੀਨਾਸ਼ਕ ਹੈ। ਐਮੀਸਟਾਰ ਟੌਪ 200 ml, ਜਿਹਦੇ ਵਿੱਚ ਐਗਜੋਕਸੀ ਅਤੇ ਡਾਈਫੈਨਕੋਨਾਜ਼ੋਲ ਹੁੰਦਾ, ਇਹ 200 ml ਪ੍ਰਤੀ ਏਕੜ ਆਪਾਂ ਇਹਦੀ ਡੋਜ਼ ਹੈ। ਗਲੀਲੀਓ ਵੇ, ਜਿਹਦਾ ਕਿ ਆਪਾਂ ਫਾਲਸ ਮੱਟ ਮਤਲਬ ਝੂਠੀ ਕਾਂਗਿਆਰੀ ਹਲਦੀ ਰੋਗ ਵਾਸਤੇ ਗਲੀਲੀਓ ਵੇ ਵਰਤ ਸਕਦੇ ਹਾਂ, 18.76 SC, ਜਿਹਦੇ ਵਿੱਚ ਪਕੋਸੀ ਸਟੋਬਿਨ ਅਤੇ ਪ੍ਰੋਪੀਗਾਨਾਜ਼ੋਲ ਹੁੰਦਾ, ਇਹ 400 ml ਪ੍ਰਤੀ ਏਕੜ ਗਲੀਲੀਓ ਵੇ, ਆਪਾਂ ਗੋਭ ਦੇ ਸਮੇਂ ਸਪਰੇ ਕਰਨਾ, ਨਸਾਰਾ ਹਜੇ ਨਾ ਹੋਇਆ ਹੋਵੇ ਜੇ ਆਪਾਂ ਹਲਦੀ ਰੋਗ ਰੋਕਣਾ ਚਾਹੁੰਦੇ ਹਾਂ, ਜਾਂ ਹਲਦੀ ਰੋਗ ਵਾਸਤੇ ਬਲਾਈਟੋਕਸ ਕੋਪਰ ਆਕਸੀਕਲੋਰਾਈਡ ਜਾਂ ਕੁਸਾਈਡ ਕੋਪਰ ਹਾਈਡਰੋਕਸਾਈਡ, ਬਲਾਈਟੋਕਸ ਜਾਂ ਕੁਸਾਈਡ ਉਹ 1/2 ਕਿਲੋ ਵਰਤ ਸਕਦੇ ਹਾਂ। ਜੇ ਗਲੀਲੀਓ ਵੇ ਕਰਨੀ 400 ml, ਜੇ ਗਲੀਲੀਓ ਵੇ ਕਰੋਗੇ ਤੁਹਾਨੂੰ ਸ਼ੀਤ ਬਲਾਈਟ ਵਾਸਤੇ ਵੱਖਰਾ ਉੱਲੀਨਾਸ਼ਕ ਜਿਹੜਾ ਹੈ ਗੋਭ ਸਮੇਂ ਕਰਨ ਦੀ ਜ਼ਰੂਰਤ ਨਹੀਂ ਹੈ।
ਅਤੇ ਜਿਹੜੇ ਕਿਸਾਨ ਵੀਰ ਨਾਲ ਜਿਹੜਾ ਹੈਗਾ ਬੀ ਐੱਲ ਬੀ ਦੀ ਜਿੱਥੇ ਸਮੱਸਿਆ ਆਉਂਦੀ ਹੈ ਉੱਥੇ ਆਪਾਂ ਬਲਾਈਟੋਕਸ ਅੱਧਾ ਕਿਲੋ ਜਾਂ ਕੋਸਾਈਡ ਅੱਧਾ ਕਿਲੋ 500 ਗ੍ਰਾਮ ਪਲੱਸ ਸਟੈਪਟੋਸਾਈਕਲੀਨ ਹੈ ਜਿਹੜੀ ਉਹ 25 ਤੋਂ 30 ਗ੍ਰਾਮ ਪ੍ਰਤੀ ਏਕੜ ਇਹ ਆਪਾਂ ਵਰਤ ਸਕਦੇ ਹਾਂ। ਜਿਹੜੇ ਕਿਸਾਨ ਵੀਰ ਜਿਹੜੇ ਉੱਲੀ ਨਾਸ਼ਕਾਂ ਦੇ ਨਾਲ ਖਾਸ ਤੌਰ 'ਤੇ ਕੋਈ ਵੀ ਉੱਲੀ ਨਾਸ਼ਕ ਵਰਤਦੇ ਉਹਦੇ ਨਾਲ ਸਟੈਪਟੋਸਾਈਕਲੀਨ 25 ਤੋਂ 30 ਗ੍ਰਾਮ ਪਾਉਣਾ ਚਾਹੁੰਦੇ ਤੁਸੀਂ ਵੱਖਰਾ ਘੋਲ ਕੇ ਉਹਨੂੰ ਪਾ ਸਕਦੇ ਹਾਂ, ਕੋਈ ਉਹਦੇ ਵਿੱਚ ਸਮੱਸਿਆ ਵਾਲੀ ਗੱਲ ਨਹੀਂ ਹੈ। ਨਾਲ ਜਿਹੜੀ ਹੈਗੀ ਆਪਾਂ ਨੂੰ ਬੀ ਐੱਲ ਬੀ ਤੋਂ ਜਿਹੜਾ ਕੰਟਰੋਲ ਇਹਦਾ ਮਿਲੂਗਾ। ਸੋ ਸਟੈਪਟੋਸਾਈਕਲੀਨ ਦੀ ਡੋਜ਼ 25 ਤੋਂ 30 ਗ੍ਰਾਮ ਪ੍ਰਤੀ ਏਕੜ ਆਪਾਂ ਵਰਤਣੀ ਹੈ, ਇਹਦਾ ਵਧੀਆ ਰਿਜ਼ਲਟ ਮਿਲਦਾ। ਫਲੀ ਕਿਉਰ ਆ ਜਿਹਦਾ ਟੈਬੂਕੋਨਾ ਜੋਰਾ 200 ml ਪ੍ਰਤੀ ਏਕੜ ਆਪਾਂ ਕਰ ਸਕਦੇ ਹਾਂ। ਸ਼ੀਥ ਬਲਾਈਟ ਵਾਸਤੇ ਵਧੀਆ ਇਹਦਾ ਰਿਜ਼ਲਟ ਹੈ। ਡਰਟੀ ਪੈਨੀਕਲ ਵਾਸਤੇ ਜਿਹੜੇ ਦਾਣੇ ਦਾਗੀ ਹੋਣ ਤੋਂ ਬਚਾਉਣ ਦੀ ਮਗਰੋਂ ਆ ਕੇ ਮਿਲਕ ਸਟੇਜ 'ਤੇ ਵੀ ਇਹਦੀ ਆਪਾਂ ਸਪਰੇ ਕਰ ਸਕਦੇ ਹੁੰਦੇ ਹਾਂ। ਮੌਨਸਰਨ ਆ ਜਿਹਦੀ ਪੈਨ ਸਾਈਕੋਰੋਨ ਟੈਕਨੀਕਲ ਹੁੰਦਾ ਮੌਨਸਰਨ, 200 ml ਪ੍ਰਤੀ ਏਕੜ ਆਪਾਂ ਇਹ ਸਪਰੇ ਕਰ ਸਕਦੇ ਹਾਂ। ਕਸਟੋਡੀਆ ਕੋਈ ਕਿਸਾਨ ਵੀਰ ਵਰਤਦੇ ਆ ਗੋਭ ਦੇ ਸਮੇਂ ਸਪਰੇ ਕਰਨ ਨੂੰ, 300 ml ਪ੍ਰਤੀ ਏਕੜ ਦੀ ਸਹੀ ਡੋਜ਼ ਹੈ ਕਸਟੋਡੀਆ। ਇਹਦੇ ਵਿੱਚ ਅਜੋਕਸੀ ਅਤੇ ਟੈਬੂਕੋਨਾਜੋਲ ਜਿਹੜਾ ਟੈਕਨੀਕਲ ਹੁੰਦਾ। ਅਤੇ ਜੇ ਤੁਸੀਂ ਲਸਚਰ ਦਵਾਈ ਵਰਤਣੀ ਹੈ 37.5 SC ਹੁੰਦੀ ਹੈ ਲਸਚਰ, ਉਹ ਫਲੂਜ਼ੀ ਲਾਜੋਲ ਅਤੇ ਪਲੱਸ ਕਾਰਬੈਂਡਜਮ ਹੁੰਦਾ, ਇਹ ਤੁਸੀਂ 320 ml ਪ੍ਰਤੀ ਏਕੜ ਲਸਚਰ ਦੀ ਜਿਹੜੀ ਹੈਗੀ ਹੈ ਸਹੀ ਡੋਜ਼ ਹੈ। ਅਤੇ ਨੈਟੀਵੋ ਜਿਹੜੀ ਹੈਗੀ ਹੈ ਟ੍ਰਾਈਫਲੋਕਸੀਸਟੋਮਿਨ ਪਲੱਸ ਟੈਬੂਕੋਨਾਜੋਲ, ਨੈਟੀਵੋ ਨਾਲ ਆਪਾਂ ਨੂੰ ਬਲਾਸਟ, ਬਰਾਊਨ ਲੀਫ ਸਪੋਟ, ਸ਼ੀਥ ਬਲਾਈਟ ਜਾਂ ਜਿਹੜੀ ਮੁੰਜਰ ਦਾਗੀ ਹੋਣੀ ਉਹ ਤੋਂ ਬਚਾਉਂਦੀ ਹੈ ਨੈਟੀਵੋ। ਇਹ ਆਪਾਂ 80 ਗ੍ਰਾਮ ਪ੍ਰਤੀ ਏਕੜ ਦੀ ਡੋਜ਼ ਵਰਤਣੀ, ਵੱਧ ਡੋਜ਼ ਕਿਸਾਨ ਵੀਰੋ ਨਹੀਂ ਵਰਤਣੀ ਹੈ। ਬਲਾਸਟ ਵਾਸਤੇ ਜਿਹੜੀ ਐਮੀ ਸਟਾਰ ਹੈ ਉਹ ਵੀ ਕੰਮ ਕਰਦੀ ਹੈ, ਬਲਾਸਟ ਵਾਸਤੇ ਸ਼ੀਥ ਬਲਾਈਟ ਵਾਸਤੇ ਬਰਾਊਨ ਲੀਫ ਸਪੋਟ, ਇਹਨਾਂ 'ਤੇ ਐਮੀ ਸਟਾਰ ਵੀ ਕੰਮ ਕਰਦੀ ਹੈ। ਨੈਟੀਵੋ ਦਾ ਵੀ ਬਹੁਤ ਵਧੀਆ ਰਿਜ਼ਲਟ ਆ ਕਿਸਾਨ ਵੀਰੋ। ਇਦੋਂ ਅੱਗੇ ਜਿਹੜਾ ਹੈਗਾ Z70 ਕਿਸਾਨ ਵੀਰ ਬਲਾਸਟ ਵਾਸਤੇ ਕਈ ਵਾਰ ਵਰਤਦੇ, ਪਹਿਲੀ ਸਪਰੇ ਆਪਾਂ ਫੁਟਾਰੇ ਸਮੇਂ ਜੇ ਸਮੱਸਿਆ ਆਉਂਦੀ ਹੈ ਲੀਫ ਬਲਾਈਟ ਦੀ ਸਮੱਸਿਆ, Z70 ਵੀ ਆਪਾਂ ਵਰਤ ਸਕਦੇ ਹਾਂ। ਜਨੇਬ ਜਿਹੜੇ ਕਹਿੰਦੇ 500 ਗ੍ਰਾਮ ਪ੍ਰਤੀ ਏਕੜ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਬਲਾਸਟ ਵਾਸਤੇ। ਅਤੇ ਜਿਹਦੇ ਵਿੱਚ ਨੈੱਕ ਬਲਾਸਟ ਹੈ, ਲੀਫ ਬਲਾਸਟ ਹੈ ਅਤੇ ਸ਼ੀਥ ਬਲਾਈਟ ਵਾਸਤੇ ਦੋ ਟੈਕਨੀਕਲ ਹੋਰ ਕਿਸਾਨ ਵੀਰ ਵਰਤਦੇ ਜਿਹਦੀ, ਇੱਕ ਤਾਂ ਬਾਸਪ ਦੀ ਸੈਲਟੀਮਾ, ਬਾਸਪ ਕੰਪਨੀ ਦੀ ਸੈਲਟੀਮਾ ਆਉਂਦੀ ਆ, ਪਾਈਰੈਕਲੋਸਟੋਬਿਨ ਟੈਕਨੀਕਲ ਹੁੰਦਾ, ਉਹ ਆਪਾਂ 300 ਤੋਂ 400 ml ਪ੍ਰਤੀ ਏਕੜ ਵਰਤ ਸਕਦੇ ਹਾਂ। ਜਾਂ ਕੋਈ ਕਿਸਾਨ ਵੀਰ ਕੀਟਾਜਨ ਵਰਤਦੇ ਆ, PI ਕੰਪਨੀ ਕੀਟਾਜਨ, ਇਹ 80 ml ਪ੍ਰਤੀ ਏਕੜ ਆਪਾਂ ਇਹਦੀ ਸਪਰੇਅ ਜਿਹੜੀ ਹੈਗੀ ਆ ਕਰ ਸਕਦੇ ਹਾਂ। ਕੋਈ ਕਿਸਾਨ ਵੀਰ ਆ ਜਿਹੜੀ ਰੈਲਿਸ ਦੀ ਆਉਂਦੀ ਏਆਨ, ਉਹਦੇ ਵਿੱਚ ਕਰੋਜ਼ਿਜ਼ਮ ਮਿਥਾਈਲ ਅਤੇ ਪਲੱਸ ਹੈਗਜ਼ਾਕੋਨਾਜੋਲ ਹੁੰਦਾ, ਉਹ ਜਿਹੜੀ ਏਆਨ ਆ ਉਹਦੀ ਡੋਜ਼ ਵੀ ਆਪਾਂ ਜਿਹੜੀ ਹੈਗੀ ਆ 1 ml ਪ੍ਰਤੀ ਏਕੜ ਪਾਣੀ, ਮਤਲਬ ਕਿ 200 ਲੀਟਰ 'ਚ 200 ml, 200 ਤੋਂ 250 ml ਉਹਦਾ ਜਿਹੜਾ ਹੈਗਾ ਵਧੀਆ ਰਿਜ਼ਲਟ ਆਪਾਂ ਨੂੰ ਮਿਲਦਾ। ਇਸ ਤੋਂ ਇਲਾਵਾ ਕੋਈ ਕਿਸਾਨ ਵੀਰ ਆ ਜਿਹੜੇ ਉਹ ਅਵਤਾਰ, ਇੰਡੋਫਿਲ ਅਵਤਾਰ ਜਿਹਦੇ ਵਿੱਚ ਜਨੇਬ ਪਲੱਸ ਹੈਗਜ਼ਾਕੋਨਾਜੋਲ ਹੁੰਦਾ, 400 ਗ੍ਰਾਮ ਵਰਤ ਸਕਦੇ ਹਾਂ। ਜਾਂ ਜਿਹੜੀ ਹੈ ਕੁਝ ਕਿਸਾਨ ਵੀਰ ਵਰਤਦੇ ਕੈਪਟਾਨ ਪਲੱਸ ਹੈਗਜ਼ਾਕੋਨਾਜੋਲ, ਟਾਟਾ ਦੀ ਤਾਕਤ ਨਾਂ 'ਤੇ ਜਾਣਦੇ ਹੋ, 400 ਗ੍ਰਾਮ ਪ੍ਰਤੀ ਏਕੜ ਹੀ ਉਹਦੀ ਦੋ ਜਾਂ ਸਹੀ ਉਹ ਤੁਸੀਂ ਵਰਤ ਸਕਦੇ ਹਾਂ। ਜਾਂ ਕੋਈ ਕਿਸਾਨ ਵੀਰ ਵੈਲਡ ਐਕਸਟਰਾ ਜਿਹਦੇ ਵਿੱਚ ਵੈਲਡਾਮਾਈਸੀਨ ਪਲੱਸ ਹੈਗਜ਼ਾਕੋਨਾਜੋਲ ਹੁੰਦਾ, ਵੈਲ ਐਕਸਟਰਾ ਆਉਂਦੀ ਵਿਲੋਵਰਡ ਦੀ ਬਾਏ ਨੇਮ, ਵੈਲ ਐਕਸਟਰਾ ਦੇ ਵਿੱਚ ਵੈਲਡਾਮਾਈਸੀਨ ਪਲੱਸ ਹੈਗਜ਼ਾਕੋਨਾਜੋਲ, ਜੇ ਤੁਹਾਨੂੰ ਹੋਰ ਕਿਸੇ ਕੰਪਨੀ 'ਚ ਵੈਲ ਐਕਸ ਜਿਹੜੀ ਵੈਲਡਾਮਾਈਸੀਨ ਪਲੱਸ ਹੈਗਜ਼ਾਕੋਨਾਜੋਲ ਵਰਤਦੇ ਜਿਹੜਾ ਮਿਲਦਾ ਤਾਂ ਉਹ ਕਰ ਸਕਦੇ ਹਾਂ। 300 ਤੋਂ 400 ml ਪ੍ਰਤੀ ਏਕੜ ਜਿਹੜੀ ਹੈਗੀ ਹੈ ਇਹਦੀ ਡੋਜ਼ ਹੈ। ਸੋ ਜੇ ਮੈਂ ਤਕਰੀਬਨ ਜਿੰਨੇ ਕੁ ਕਿਸਾਨ ਵੀਰਾਂ ਦੇ ਜਿਹੜੇ ਹੈਗੇ ਸਵਾਲ ਆਉਂਦੇ ਹੁੰਦੇ ਉਹਦੇ ਵਿੱਚ ਮੈਂ ਖਾਸ ਤੌਰ 'ਤੇ ਜਿੰਨੇ ਇਹ ਟੈਕਨੀਕਲ ਨੇ ਮੈਂ ਸਾਰੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਆਪਾਂ ਸਹੀ ਡੋਜ਼ ਕਿਸਾਨ ਵੀਰੋਂ ਵਰਤਾਂਗੇ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਮਿਲਣਗੇ। ਉੱਲੀ ਨਾਸ਼ਕ ਵਾਸਤੇ ਪਾਣੀ ਵੱਧ ਤੋਂ ਵੱਧ ਵਰਤੋ, ਬੂਟਿਆਂ ਨੂੰ ਪੂਰਾ ਜਿਹੜਾ ਹੈ ਕੋਸ਼ਿਸ਼ ਕਰੋ ਕਵਰ ਹੋ ਜਾਵੇ। ਕੀਟਨਾਸ਼ਕ ਦੇ ਵਿੱਚ 100 ਲੀਟਰ ਪਾਣੀ ਬਹੁਤ ਵਧੀਆ ਹੁੰਦਾ, ਇਸ ਕਰਕੇ ਹੀ ਕਹੀਦਾ ਕਿ ਕੀਟਨਾਸ਼ਕ ਦੀ ਸਪਰੇਅ ਪਹਿਲਾਂ ਕਰ ਲਓ ਗੋਭ ਤੋਂ 5-7 ਦਿਨ ਪਹਿਲਾਂ, ਗੋਭ ਸਮੇਂ ਉੱਲੀ ਨਾਸ਼ਕ ਕਰੋ। ਇਹਦੇ ਨਾਲ ਆਪਾਂ ਨੂੰ ਰਿਜ਼ਲਟ ਵੀ ਵਧੀਆ ਮਿਲਣਗੇ ਜ਼ਰੂਰਤ ਅਨੁਸਾਰ। ਕੀਟਨਾਸ਼ਕ ਇਹ ਨਹੀਂ ਕਿ ਜੇ ਅਟੈਕ ਹੈ ਨਹੀਂ ਤਾਂ ਕੀਟਨਾਸ਼ਕ ਹੀ ਕਰੀ ਜਾਣਾ, ਜੇ ਜ਼ਰੂਰਤ ਅਨੁਸਾਰ ਕਰਨਾ, ਪਰ ਗੋਭ ਸਮੇਂ ਉੱਲੀ ਨਾਸ਼ਕ ਦੀ ਸਪਰੇ ਜ਼ਰੂਰ ਕਰਨੀ ਆ ਤਾਂ ਕਿ ਆਪਾਂ ਨੂੰ ਸਪਰੇ ਵਾਰ ਵਾਰ ਰਿਪੀਟ ਨਾ ਕਰਨੀ ਪਵੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।